ਚੀਜ਼ ਲੈਣ ਗਏ ਸੀ ਤੇ ਮੈਂ ਦੇਖਿਆ ਮੁਰਗੀ ਨੇ ਨਾ ਉੱਥੇ ਅੰਡਾ ਦਿੱਤਾ ਹੋਇਆ ਸੀ, ਉਹਦੇ ਕੁਝ ਖਾਂਬੀ ਨੂੰ ਲੱਗੇ ਹੋਏ ਆ, ਤੇ ਲਿਖੇ ਜਿਹੜੇ ਮੈਂ ਚੂਜ਼ੇ ਨੂੰ ਪਾਣ ਲੱਗੀ ਆ। ਇੰਨਾ ਸ਼ੌਕੀਨ ਆ ਨਾ ਟਮਾਟਰਾਂ ਦਾ, ਬਹੁਤ ਜ਼ਿਆਦਾ ਜਾਨ ਦਿੰਦਾ ਹੈ ਟਮਾਟਰਾਂ ਤੇ। ਹੁਣ ਜੀ ਕਰ ਦੇਵਾਂਗੇ ਪਿਆਜ਼ ਸ਼ਾਮਿਲ। ਅਸਲਾਮ ਅਲੈਕਮ ਜੀ, ਕੀ ਹਾਲ ਆ ਤੁਹਾਡੇ ਸਾਰਿਆਂ ਦਾ? ਉਮੀਦ ਕਰਦੀ ਹਾਂ ਸਾਰੇ ਠੀਕ ਹੋਣਗੇ। ਅੱਲਾਹ ਪਾਕ ਦਾ ਸ਼ੁਕਰ ਆ, ਮੈਂ ਬਿਲਕੁਲ ਠੀਕ ਹਾਂ। ਅਤੇ ਜੀ ਹੁਣ ਮੈਂ ਆਪਣਾ ਅੱਜ ਦਾ ਵਲੋਗ ਸਟਾਰਟ ਕਰ ਲਿਆ। ਤਕਰੀਬਨ 8:30 ਦਾ ਟਾਈਮ ਆ, ਉੱਠੀ ਹੋਈ ਤੇ ਮੈਂ ਬਹੁਤ ਟਾਈਮ ਪਹਿਲੇ ਦੀ ਹਾਂ ਅਤੇ ਮੂੰਹ ਨੂੰ ਤਿਆਰ ਕਰਕੇ ਸਕੂਲ ਭੇਜਿਆ, ਲੇਕਿਨ ਵਲੋਗ ਦਾ ਜਿਹੜਾ ਸਟਾਰਟ ਆ ਉਹ ਮੈਂ ਹੁਣ ਕੀਤਾ ਵਾ। ਰਾਤੀ ਇੰਨੀ ਤੇਜ਼, ਇੰਨਾ ਤੇਜ਼ ਤੂਫਾਨ ਆਇਆ, ਇੰਨੀ ਆਂਧੀ ਆਈ ਕਿ ਅਸੀਂ ਇੱਥੇ ਸੁੱਤੇ ਸੀਗੇ। ਇੱਥੇ ਸਿਰਫ 3 ਮੰਨੀਆਂ ਸੀ ਅਤੇ ਇੰਨਾ ਤੰਗ ਹੋ ਕੇ ਅਸੀਂ 1 ਮੰਨੀਆਂ ਅਤੇ 3-3 ਲੋਕ ਸੁੱਤੇ ਆ ਪੂਰੇ ਹੋ ਕੇ, ਅਤੇ ਜਿਹਦੀ ਵਜ੍ਹਾ ਤੋਂ ਸਾਡੀ ਸਾਰੀ ਰਾਤ ਨੀਂਦ ਵੀ ਪੂਰੀ ਨਹੀਂ ਹੋਈ ਹੈ। ਉਸ ਤੋਂ ਇਲਾਵਾ ਦੇਖ ਸਕਦੇ ਹੋ ਇੰਨਾ ਜ਼ਿਆਦਾ ਗੰਦ, ਇੰਨੇ ਪੱਤੇ, ਸਾਰਾ ਜਿਹੜਾ ਗਾਰਾ ਉਹ ਤੂਫਾਨ ਨਾਲ ਭਰ ਗਿਆ ਵਾ, ਗੰਦਾ ਹੋ ਗਿਆ ਵਾ ਬਹੁਤ ਜ਼ਿਆਦਾ। ਅਤੇ ਮੇਰੀ ਵੀ ਨੀਂਦ ਸਾਰੀ ਰਾਤ ਸਹੀ ਪੂਰੀ ਨਹੀਂ ਹੋਈ ਹੈ। ਮੇਰਾ ਦਿਲ ਸੀ ਸੋ ਜਾਵਾਂ, ਲੇਕਿਨ ਨਹੀਂ, ਮੈਂ ਕਿਹਾ ਪਹਿਲੇ ਨਾਸ਼ਤਾ ਬਣਾਉਂਦੇ ਹਾਂ, ਨਾਸ਼ਤਾ ਕਰਦੇ ਹਾਂ ਘਰ, ਅਤੇ ਸਾਰੇ ਕੰਮਾਂ ਤੋਂ ਫ੍ਰੀ ਹੋ ਕੇ ਫਿਰ ਆਰਾਮ ਕਰਾਂਗੇ। ਸਿਹਤ ਥੋੜ੍ਹੀ ਡੋ ਨਹੀਂ ਹੈ, ਗਲਾ ਮੇਰਾ ਜਿਹੜਾ ਥੋੜ੍ਹਾ ਬੈਠਿਆ ਹੋਇਆ, ਇਸ ਨੂੰ ਤੁਸੀਂ ਇਗਨੋਰ ਕਰਨਾ ਵਾ। ਚਲੋ ਜੀ ਫਿਰ ਵਲੋਗ ਸਟਾਰਟ ਕਰਦੇ ਹਾਂ। ਵੀਡੀਓ ਲਾਈਕ ਕਰ ਦਿਉ, ਚੈਨਲ ਨੂੰ ਸਬਸਕ੍ਰਾਈਬ ਕਰ ਦਿਉ। ਹਾਂਜੀ ਜੀ, ਅੱਗ ਜਲਾ ਲਈ ਹੈ ਇਹ ਜਿਹੜੀ ਗੀਟੀ ਆ, ਇਸ 'ਤੇ ਕੁਛ ਟਾਈਮ ਪਹਿਲਾਂ ਅੱਗ ਜਲਾਉਣੀ ਪੈਂਦੀ, ਫਿਰ ਜਦੋਂ ਸਹੀ ਅੱਗ ਮੱਚ ਜਾਂਦੀ ਫਿਰ ਉੱਪਰ ਦੇਸ਼ ਕੀ ਜੋ ਕੋਈ ਵੀ ਚੀਜ਼ ਰੱਖਣੀ ਹੈ ਨਾ ਫਿਰ ਅੱਗ ਬੁਝਦੀ ਨਹੀਂ ਆ। ਮੈਂ ਕਿਹਾ ਚੱਲ ਜਿੰਨਾ ਚਿਰ ਅੱਗ ਬਚਦੀ ਆ ਨਾ ਪਾਣੀ ਛਿੜਕਾ ਲਿਆ ਮੈਂ ਸਾਰਾ, ਅਤੇ ਮੈਂ ਕਿਹਾ ਚਲੋ ਸਫਾਈ ਕਰ ਲੈਂਦੀ ਹਾਂ, ਫਿਰ ਅੱਗ ਬਲ ਜਾਊਗੀ ਸਹੀ ਤਰ੍ਹਾਂ ਤਾਂ ਫਿਰ ਜੀ ਆਪਾਂ ਸਾਲਨ ਬਣਾਵਾਂਗੇ। ਸਾਲਨ ਕੀ ਬਣਾਉਣਾ ਵਾ ਅੱਜ ਦੇ ਨਾਸ਼ਤੇ ਵਿੱਚ, ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ। ਇਹ ਦੇਖੋ ਪੱਤੇ ਕਿੰਨੇ ਜ਼ਿਆਦਾ ਖਿਲਰੇ ਹੋਏ ਆ, ਕਿਉਂਕਿ ਸਾਡੇ ਇੱਥੇ ਦਰਖਤ ਬਹੁਤ ਜ਼ਿਆਦਾ ਵਾ ਨਾ, ਅਤੇ ਹਵਾ ਫਿਰ ਜਦੋਂ ਚੱਲੀ ਆ ਉਹ ਸਾਰੇ ਪੱਤੇ ਉੱਡ ਕੇ ਆ ਸਾਡੇ ਘਰਾਂ ਦੇ ਕਮਰਿਆਂ ਦੇ ਅੱਗੇ ਆ ਕੇ ਜਮ੍ਹਾਂ ਹੋ ਗਏ, ਔਰ ਬਾਕੀ ਕਿਸੇ ਸਹਿਣ ਵਿੱਚ ਨਹੀਂ ਹੈ, ਸਿਰਫ ਇੱਥੇ ਇੰਨੇ ਜ਼ਿਆਦਾ ਜਮ੍ਹਾਂ ਹੋ ਗਏ ਆ ਕੇ। ਲੱਗਦਾ ਪੱਤਿਆਂ ਨੇ ਕਿਹਾ ਸੀ ਇੱਥੇ ਹੀ ਜਮ੍ਹਾਂ ਹੋਣਾ। ਭਾਈ ਸਾਰੀ ਮੈਂ ਕਰ ਲਈ ਆ ਚੀਜ਼ਾਂ ਵਗੈਰਾ ਰੱਖ ਲਈਆਂ, ਜਿਹੜੇ ਕਿ ਮੈਂ ਸਾਲਨ ਬਣਾਉਣਾ ਵਾ। ਮੈਂ ਅੱਜ ਬਣਾ ਰਹੀ ਹਾਂ ਕਰੇਲੇ ਅਤੇ ਗੋਸ਼ਤ ਦਾ ਸਾਲਨ, ਕਰੇਲੇ ਅਤੇ ਗੋਸ਼ਤ, ਕਰੇਲੇ ਗੋਸ਼ਤ ਬਣਾ ਰਹੀ ਹਾਂ ਅੱਜ ਮੈਂ ਤਾਂ। ਚਲੋ ਜੀ ਫਿਰ ਉੱਪਰ ਰੱਖਦੇ ਆ ਗਈ ਹਾਂ। ਇਸ ਤੋਂ ਇਲਾਵਾ ਮੈਂ ਰਾਤੀ ਇੱਥੇ ਹੀ ਸੁੱਤੀ ਸੀਗੀ, ਪਤਾ ਨਹੀਂ ਇੰਨੀ ਜ਼ਿਆਦਾ ਤੇਜ਼ ਆਉਂਦੀ ਚੱਲੀਆਂ ਨਾ, ਜਿਹਦੀ ਵਜ੍ਹਾ ਤੋਂ ਮੇਰੀ ਅੱਖ ਵਿੱਚ ਪਤਾ ਨਹੀਂ ਕਰੇ ਕੋਈ ਸ਼ੈ ਲੜ ਗਈ ਜਾਂ ਮਿੱਟੀ ਪੈ ਪੈ ਕੇ ਨਾ ਮੇਰੀ ਇੱਧਰਲੀ ਅੱਖ ਲਾਲ ਹੋਈ ਪਈ ਆ, ਅਤੇ ਇੰਨੀ ਜ਼ਿਆਦਾ ਦੁੱਖਣ ਵੀ ਰਹੀ ਹੈ, ਇੱਧਰਲਾ ਦਿਮਾਗ ਮੇਰਾ ਸੁੰਨ ਹੋਇਆ ਪਿਆ, ਨਾਇਆ ਵੀ ਉੱਠ ਕੇ ਆ ਗਈ ਆ, ਸੁੱਤੀ ਪਈ ਸੀ। ਆਜੋ ਆਜੋ ਆਜੋ, ਉੱਠ ਗਈ ਹੋ, ਆਜੋ ਮੇਰੀ ਮੈਨੂੰ ਉਹੀ ਮੇਨ ਜ਼ਿੰਦਗੀ ਜਾਓ, ਮੇਰੀ ਗੁਰੀਆ ਵੀ ਉੱਠ ਗਈ ਹੈ, ਉਹੀ ਮੇਰੀ ਜ਼ਿੰਦਗੀ ਜਾਓ। ਅਗਰ ਮੈਂ ਹੁਣ ਤੱਕ ਪਈ ਰਹਿੰਦੀ ਨਾ ਇਹਦੇ ਨਾਲ ਤਾਂ ਇਹਨੇ ਸੁੱਤੀ ਰਹਿਣਾ ਸੀ, ਮੈਂ ਉੱਠ ਕੇ ਆ ਗਈ ਹਾਂ ਅਤੇ ਇਹਨੂੰ ਪਤਾ ਲੱਗ ਗਿਆ ਮੇਰੀ ਮਾਂ ਮੇਰੇ ਲਾਗੇ ਨਹੀਂ ਆਇਆ, ਉੱਠ ਗਈ ਹੈ। ਚਲੋ ਕੋਈ ਬਾਤ ਨਹੀਂ, ਮਿਲ ਕੇ ਖਾਣਾ ਬਣਾਤੇ ਹੈ ਨਾ ਯਾਰ, ਫਿਰ ਮਿਲ ਕੇ ਸੋਏਂਗੇ ਦੁਪਹਿਰ ਕੋ, ਠੀਕ ਹੈ। ਬਿਲਕੁਲ ਅੱਛੀ ਤਰ੍ਹਾਂ ਗਰਮ ਹੋ ਗਿਆ ਵਾ, ਅਤੇ ਹੁਣ ਮੈਂ ਇਹਦੇ ਵਿੱਚ ਕਰੇਲੇ ਸ਼ਾਮਿਲ ਕਰਨ ਲੱਗੀ ਹਾਂ ਫਰਾਈ ਕਰਨ ਵਾਸਤੇ। ਮਾਸ਼ਾਅੱਲਾ ਕਰੇਲੇ ਕਾਫੀ ਜ਼ਿਆਦਾ ਵਾ, ਕਿਉਂਕਿ ਇਹ ਸੁਬਹ ਦਾ ਨਾਸ਼ਤਾ ਵੀ ਹੋਏਗਾ, ਦੁਪਹਿਰ ਦਾ ਵੀ ਕਰਾਂਗੇ,
ਤੇ ਹੁਣ ਵੀ ਗਰਮੀਆਂ ਆ ਗਈਆਂ ਵਾ, ਮੌਸਮ ਕਾਫੀ ਚੇਂਜ ਹੋ ਗਿਆ ਵਾ। ਸਾਡੇ ਗਾਓ ਦੇ ਵਿੱਚ ਲੋਕ ਜਿਹੜੇ ਆ ਸੁਬਹ ਨੂੰ ਉੱਠ ਕੇ ਮਿੱਠੀ ਲੱਸੀ ਪੀਂਦੇ ਆ, ਇਸ ਕਰਕੇ ਭੁੱਖ ਜਿਹੜੀ ਆ ਉਹ ਨਹੀਂ ਲੱਗੀ ਹੁੰਦੀ, ਤੇ ਅਸੀਂ ਨਾਸ਼ਤਾ ਥੋੜਾ ਲੇਟ ਕਰਦੇ ਆ ਤੇ ਹੁਣ ਲੇਟ ਹੀ ਕਰਿਆ ਕਰਨਾ ਵਾ। ਸਾਰਿਆਂ ਨੇ ਇੱਕ ਵਾਰੀ ਲੱਸੀ ਪੀ ਲਈ ਆ, ਸਾਰਿਆਂ ਦੀ ਭੁੱਖ ਜਿਹੜੀ ਉਹ ਕੁਝ ਪੂਰੀ ਹੋ ਗਈ ਆ। ਹੁਣ ਜੀ ਦੁਪਹਿਰ ਦਾ ਤੇ ਸੁਬਹ ਦਾ ਇਕੱਠੇ ਨਾਸ਼ਤਾ ਕਰ ਲੈਣਾ ਵਾ। ਆਪਣਾ ਕਲਰ ਚੇਂਜ ਕਰ ਲਿਆ ਵਾ ਕਾਫੀ ਜ਼ਿਆਦਾ, ਹੁਣ ਬਸ ਇਹਨਾਂ ਨੂੰ 2-3 ਮਿੰਟ ਹੀ ਲੱਗਣੇ ਤੇ ਇਹਨਾਂ ਨੂੰ ਫਰਾਈ ਹੋ ਜਾਣਾ ਆ। ਕਿ ਜਿੰਨਾ ਚਿਰ ਕਰੇਲੇ ਫਰਾਈ ਹੁੰਦੇ ਆ ਉਨਾ ਚਿਰ ਚਲੋ ਟਮਾਟਰ ਹੀ ਕੱਟ ਲੈਣੀ ਆ, ਇਸ ਤੋਂ ਇਲਾਵਾ ਬਕਾਇਆ ਤੇ ਹਰ ਸ਼ੈ ਕੱਟੀ ਹੋਈ ਆ। ਕਿ ਜਿਹੜੇ ਮੈਂ ਚੂਜ਼ੇ ਨੂੰ ਪਾਣ ਲੱਗੀ ਆ, ਇੰਨਾ ਸ਼ੌਕੀਨ ਆ ਨਾ ਟਮਾਟਰਾਂ ਦਾ, ਬਹੁਤ ਜ਼ਿਆਦਾ ਜਾਨ ਦਿੰਦਾ ਇਹ ਟਮਾਟਰ। ਪਹਿਲਾਂ ਵਾਹਤ ਚੂਜ਼ਾ ਮੈਂ ਅਸਰ ਦਿੱਤਾ, ਨਹੀਂ ਤਾਂ ਚੂਜ਼ੇ ਜਿਹੜੇ ਹੁੰਦੇ ਆ ਨਾ ਉਹ ਜਾਂ ਪਿਆਜ਼ ਖਾਂਦੇ ਹੁੰਦੇ ਆ ਜਾਂ ਉਹ ਆਟਾ ਖਾਂਦੇ ਹੁੰਦੇ, ਲੇਕਿਨ ਇਹਨੂੰ ਟਮਾਟਰ ਇੰਨਾ ਪਸੰਦ ਵਾ, ਇਹਦਾ ਫੇਵਰੇਟ ਆ ਟਮਾਟਰ, ਇਸ ਕਰਕੇ ਮੈਂ ਕਿਹਾ ਚੱਲ ਥੋੜਾ ਜਿਹਾ ਇਹਨੂੰ ਵੀ ਪਾ ਦਵਾਂ। ਜਦੋਂ ਵੀ ਮੈਂ ਟਮਾਟਰ ਕੱਢਦੀ ਹਾਂ ਭੱਜਾ ਵੱਜਾ ਆਉਂਦਾ, ਫਿਰ ਮੈਂ ਕਹਿੰਦੀ ਹਾਂ ਜਲਦੀ ਜਲਦੀ ਇਹਨੂੰ ਪਾਵਾ, ਵਿਚਾਰੇ ਨੂੰ ਬਹੁਤ ਪਸੰਦ ਆ, ਮਿੰਟਾਂ ਵਿੱਚ ਅਗਲਾ ਚੱਟ ਕਰ ਲਿਆ। ਮੈਂ ਹੁਣੀ ਕਮਰੇ ਚ ਗਈ ਸੀਗੀ ਕੋਈ ਚੀਜ਼ ਲੈਣ ਗਈ ਸੀ ਤੇ ਮੈਂ ਦੇਖਿਆ ਮੁਰਗੀ ਨੇ ਨਾ ਉੱਥੇ ਅੰਡਾ ਦਿੱਤਾ ਹੋਇਆ ਸੀ, ਦੇਖੋ ਜੇ ਖੰਭ ਵੀ ਇਹਨੂੰ ਲੱਗੇ ਹੋਏ ਆ ਤੇ ਤੂੜੀ ਵੀ ਲੱਗੀ ਹੋਈ ਆ। ਚਲੋ ਜੀ ਅੱਗੇ ਮੇਰੀ ਤਬੀਅਤ ਥੋੜੀ ਡਾਊਨ ਆ ਤੇ ਮੈਂ ਨਾ ਹੁਣ ਸ਼ਾਇਦ ਨਾਲ ਉਬਾਲ ਕੇ ਖਾਊਂਗੀ ਅੰਡਾ। ਕਿੰਨਾ ਪਿਆਰਾ ਕਿੰਨਾ ਸੋਹਣਾ, ਜਦੋਂ ਮੈਂ ਘੋਸਲੇ ਚ ਚੱਕਦੀ ਹਾਂ ਨਾ ਮੈਨੂੰ ਬੜੀ ਅੱਛੀ ਵਾਲੀ ਫੀਲਿੰਗ ਹੁੰਦੀ, ਬੜਾ ਸੋਹਣਾ ਲੱਗਦਾ। ਖੰਭ ਲੱਗੇ ਹੋਏ ਆ, ਨਾਇਆ ਦੇਖਦਿਆਂ ਨਾਲ ਹੀ ਕਹਿੰਦੀ ਮੈਨੂੰ ਵੀ ਮੁਰਗੀ ਨਹੀਂ ਅੰਡਾ ਦੀ ਦੇਖ ਸਕਦੇ, ਖੰਭ ਵੀ ਲੱਗੇ ਹੋਏ ਖੰਭ। ਸਾਡੇ ਹੁਣ ਬਿਲਕੁਲ ਫਰਾਈ ਹੋ ਗਏ ਆ ਤੇ ਹੁਣ ਇਹਨਾਂ ਨੂੰ ਕੱਢਦੇ ਆ ਅੱਛੀ ਤਰ੍ਹਾਂ ਘੀ ਦੇ ਵਿੱਚੋਂ। ਹੁਣ ਆਪਾਂ ਕਰਾਂਗੇ ਚਿਕਨ ਫਰਾਈ ਪਹਿਲੇ, ਉਸ ਤੋਂ ਬਾਅਦ ਚਿਕਨ ਨੂੰ ਫਰਾਈ ਕਰਨ ਤੋਂ ਬਾਅਦ ਕੱਢਾਂਗੇ ਪਿਆਜ਼। ਮਾਸ਼ਾਅੱਲਾ ਬਹੁਤ ਸੋਹਣਾ ਜੋਸ਼ਰ ਤਾਂ ਗੋਲ ਗੋਲ ਨਿਕਲ ਗਈਆਂ ਬੋਟੀਆਂ, ਤੁਸੀਂ ਵੀ ਜਦੋਂ ਵੀ ਕਰੇਲਿਆਂ ਦਾ ਚਿਕਨ ਪਾਉਣਾ ਵਾ ਬੋਟੀਆਂ ਜਿਹੜੀਆਂ ਬਿਲਕੁਲ ਛੋਟੀਆਂ ਛੋਟੀਆਂ ਕਰਨੀਆਂ ਤੇ ਬਹੁਤ ਸੋਹਣਾ ਟੇਸਟ ਹੁੰਦਾ ਵਾ। ਹਾਂਜੀ ਜੀ, ਚਿਕਨ ਸਾਡਾ ਜਿਹੜਾ ਗੋਲਡਨ ਫਰਾਈ ਹੋ ਗਿਆ ਵਾ, ਇਸ ਨੂੰ ਵੀ ਹੁਣ ਆਪਾਂ ਕੱਢਦੇ ਆ ਤੇ ਉਸ ਤੋਂ ਬਾਅਦ ਹੁਣ ਜੀ ਪਾਵਾਂਗੇ ਪਿਆਜ਼।
ਹੁਣ ਜੀ ਕਰ ਦੇਵਾਂਗੇ ਪਿਆਜ਼ ਸ਼ਾਮਿਲ। ਪਿਆਜ਼ਾਂ ਦਾ ਤਾਂ ਇੰਨਾ ਕੰਮ ਹੀ ਕੋਈ ਨਹੀਂ, ਇਹਨਾਂ ਨੂੰ ਤਾਂ ਬਸ ਆਪਾਂ ਹਲਕਾ ਜਿਹਾ ਘੀ ਦੇ ਵਿੱਚ ਬਾਅਦ ਜਿਹੜਾ ਨਾ ਸੋਫਟ ਕਰਨਾ ਵਾ। ਉਸ ਤੋਂ ਬਾਅਦ ਜਿਹੜੀਆਂ ਸ਼ਾਵਾਂ ਅਸੀਂ ਫਰਾਈ ਕੀਤੀਆਂ ਵਾਲਾ ਤੁੜਕਾ, ਉਹ ਹੀ ਆਮ ਬੇਸਿਕ ਜਿਹੜੇ ਮਸਾਲੇ ਲੂਣ ਮਿਰਚ ਹਲਦੀ ਹੁੰਦੀ ਪਾ ਕੇ ਤੁੜਕਾ ਭੁੰਨ ਕੇ ਤੇ ਉਹ ਜਿਹੜੀਆਂ ਆਹ ਵਾਲੀਆਂ ਦੋ ਚੀਜ਼ਾਂ ਜਿਹੜੀਆਂ ਆਪਾਂ ਫਰਾਈ ਕੀਤੀਆਂ ਨਾ ਇਹ ਸ਼ਾਮ ਕਰ ਦਿਆਂਗੇ। ਸਾਡਾ ਜਿਹੜਾ ਕਰੇਲਾ ਗੋਸ਼ਤ ਆ ਤਿਆਰ ਹੋ ਜਾਣਾ। ਸੋਫਟ ਹੋਇਆ ਨਾ ਫਿਰ ਮੈਂ ਨਾਲ ਹੀ ਜਿਹੜਾ ਨਾ ਟਮਾਟਰ ਪਾਤਾ ਤਾਂ ਕਿ ਇਹ ਵੀ ਜਲਦੀ ਦੇ ਨਾਲ ਜਿਹੜਾ ਨਾ ਮਿਕਸ ਹੋ ਜਾਵੇ, ਸੋਫਟ ਹੋ ਜਾਵੇ। ਉਸ ਤੋਂ ਬਾਅਦ ਜੀ ਹੁਣ ਮੈਂ ਇਹਦੇ ਵਿੱਚ ਪਾਉਂਗੀ ਆ ਮਿਰਚਾਂ ਦਾ ਪੇਸਟ ਵਾ, ਇਹ ਪਾਉਣਾ ਵਾ ਤੇ ਨਮਕ ਲੂਣ ਮਿਰਚ ਪਾ ਕੇ ਨਾ ਤੇ ਮਸਾਲੇ ਦਾ ਤੜਕਾ ਭੁੰਨ ਲੈਣਾ ਵਾ। ਹੁਣ ਸ਼ਾਮਿਲ ਕਰ ਦੇਵਾਂਗੇ ਕਰੇਲੇ। ਸਾਡਾ ਹੁਣ ਸਾਡਾ ਬਿਲਕੁਲ ਰੈਡੀ ਆ, 2 ਮਿੰਟ ਬਸ ਇਹਨਾਂ ਨੂੰ ਹਰ ਸ਼ਾਇ ਨੂੰ ਮਿਕਸ ਕਰਨਾ। ਉਸ ਤੋਂ ਬਾਅਦ ਜੀ ਸਾਡਾ ਕਰੇਲੇ ਗੋਸ਼ਤ ਦਾ ਸਾਲਨ ਹੋ ਜਾਣਾ ਰੈਡੀ। ਕਲਰ ਵੀ ਬਹੁਤ ਸੋਹਣਾ ਬਣ ਗਿਆ ਸਾਲਨ ਦਾ। ਸੇਕ ਲਵਾਉਣਾ, ਉਸ ਤੋਂ ਬਾਅਦ ਇਹਨੂੰ ਨੀਚੇ ਉਤਾਰ ਲੈਣਾ ਆਪਾਂ। ਚਲੋ ਜੀ, ਹਾਂਜੀ ਜੀ, ਹੁਣ ਤਕਰੀਬਨ 11 ਵੱਜ ਗਏ ਆ। ਮੇਰੇ ਖਿਆਲ ਨਾਲ 2 ਘੰਟੇ ਪੂਰੇ ਲੱਗ ਗਏ ਸਾਨੂੰ ਕਰੇਲੇ ਬਣਾਉਣ ਵਿੱਚ। ਕਰੇਲੇ ਕਾਫੀ ਜ਼ਿਆਦਾ ਸੀ, ਮਿਹਨਤ ਬਹੁਤ ਜ਼ਿਆਦਾ ਹੋਈ ਆ, ਹੁਣ ਇੰਨੀ ਸ਼ਦੀਦ ਦੀ ਭੁੱਖ ਲੱਗ ਗਈ ਆ, ਹੁਣ ਫਟਾਫਟ ਰੋਟੀ ਬਣ ਜਾਵੇ ਤੇ ਨਾਸ਼ਤਾ ਕਰੀਏ। ਅੰਮੀ ਜੀ ਇੱਕ ਸਾਈਡ ਤੇ ਹੁਣ ਰੋਟੀਆਂ ਬਣਾ ਰਹੇ ਆ ਤੇ ਮੈਂ ਕਿਹਾ ਹੁਣ ਚਲੋ ਜੀ ਮੈਂ ਤੇ ਬੈਠ ਕੇ ਫਿਰ ਜਿੱਦਾਂ ਹੀ ਰੋਟੀ ਬਣਦੀ ਆ ਖਾਂਦੀ ਹਾਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਦੇਖ ਸਕਦੇ ਹੋ ਜਿਹੜਾ ਕਿ ਕਰੇਲੇ ਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਬਕਾਇਆ ਅੰਮੀ ਦੇ ਹੱਥਾਂ ਦੀਆਂ ਬਣੀਆਂ ਹੋਈਆਂ ਸੋਹਣੀਆਂ ਜਿਹੀਆਂ ਰੋਟੀ ਆ, ਨਾਲ ਜੀ ਸਾਡੇ ਲੱਸੀ ਆ। ਚਲੋ ਜੀ ਫਿਰ ਕਰਦੇ ਹਾਂ ਨਾਸ਼ਤਾ। ਬਕਾਇਆ ਜੀ ਨਾਸ਼ਤਾ ਕਰ ਲੈਣਾ ਹੁਣ ਤੇ। ਚਲੋ ਜੀ ਠੀਕ ਆ, ਮੈਂ ਆਪਣੇ ਵਲੋਗ ਦਾ ਐਂਡ ਕਰਦੀ ਹਾਂ। ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲੂੰਗੀ ਨੈਕਸਟ ਵੀਡੀਓ ਵਿੱਚ। ਅੱਲਾ ਹਾਫਿਜ਼, ਬਾਏ ਬਾਏ।